ਜਲਾਲਾਬਾਦ ਦੇ ਦਸ਼ਮੇਸ਼ ਨਗਰ ਦੇ ਵਿੱਚ ਬੀਤੀ ਰਾਤ ਵੀਡੀਓ ਵਾਇਰਲ ਹੋਈਆਂ ਜਿਸ ਦੇ ਵਿੱਚ ਦੋ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਮੁਹੱਲਾ ਵਾਸੀਆਂ ਨੇ ਖੰਭੇ ਨਾਲ ਬੰਨ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋ ਮੁਲਾਜ਼ਮ ਜਲਾਲਾਬਾਦ ਬਿਜਲੀ ਬੋਰਡ ਦਫ਼ਤਰ ਦੇ ਵਿੱਚ ਡਿਊਟੀ 'ਤੇ ਤੈਨਾਤ ਹਨ, ਜੋ ਕਿ ਕੱਲ੍ਹ ਫਲਾਇੰਗ ਟੀਮ ਦੇ ਨਾਲ ਮੁਹੱਲੇ ਵਿੱਚ ਪਹੁੰਚੇ ਸਨ ਅਤੇ ਲੋਕਾਂ ਨੂੰ ਮੀਟਰ ਪੁੱਟਣ ਦਾ ਡਰਾਵਾ ਦੇ ਕੇ ਉਹਨਾਂ ਤੋਂ ਬਲੈਕਮੇਲਿੰਗ ਰਾਹੀਂ ਪੈਸੇ ਵਸੂਲਦੇ ਸਨ। ਇਸੇ ਹੀ ਤਰ੍ਹਾਂ ਦਸ਼ਮੇਸ਼ ਨਗਰ ਵਾਸੀ ਬਲਵਿੰਦਰ ਸਿੰਘ ਦੇ ਕੋਲੋਂ ਉਸਦਾ ਮੀਟਰ ਪੁੱਟਣ ਤੋਂ ਬਾਅਦ ਦੁਬਾਰਾ ਲਾਉਣ ਦੇ ਨਾਮ 'ਤੇ ਇਹਨਾਂ ਲੋਕਾਂ ਨੇ 32,000 ਰੁਪਏ ਦੀ ਮੰਗ ਕੀਤੀ ਅਤੇ 26,000 ਰੁਪਏ ਲੈ ਵੀ ਗਏ, ਜਿਸ ਦੀਆਂ ਬਲਵਿੰਦਰ ਸਿੰਘ ਨੇ ਫੋਟੋ ਸਟੇਟ ਵੀ ਦਿਖਾਈਆਂ ਅਤੇ 26,000 ਰੁਪਏ ਇਹਨਾਂ ਦੀ ਜੇਬ ਦੇ ਵਿੱਚੋਂ ਕੈਮਰੇ ਦੇ ਸਾਹਮਣੇ ਬਰਾਮਦ ਹੋਇਆ। ਬਿਜਲੀ ਬੋਰਡ ਦੇ ਇਹਨਾਂ ਮੁਲਾਜ਼ਮਾਂ ਨੇ ਰਿਸ਼ਵਤ ਲੈਣ ਦੀ ਗੱਲ ਕੈਮਰੇ ਸਾਹਮਣੇ ਕਬੂਲੀ ਹੈ, ਜਿਨ੍ਹਾਂ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਜਿਹੜੇ ਪੈਸੇ ਲੈਣ ਤੋਂ ਬਿਨਾਂ ਪੈਸੇ ਕੱਢ, ਪੈਸੇ ਕੱਢ ਕਿਤੇ ਨਹੀਂ, ਕਿੰਨੇ ਪੈਸੇ ਨੇ ਵੇਖ, ਕਿੰਨੇ ਨੇ ਗਿਣ, ਕਿੰਨੇ ਨੇ ਗਿਣ, ਗਿਣ ਕਿੰਨੇ ਕਾਕਾ, ਗਿਣ ਨਾ ਕਿੰਨੇ ਨੇ, ਇੱਕ ਮਿੰਟ, ਇਹਨੂੰ ਪਾ ਲਾ ਜੇਬ 'ਚ, ਇਹਨੂੰ ਪਾ ਲਾ ਜੇਬ 'ਚ, ਮੀਟਰ ਲਾਉਣ ਦਾ ਕਾਹਦੇ ਪੈਸੇ ਲਿੱਤੇ ਸੀ, ਸਾਹਿਬ ਨੇ ਭੇਜਿਆ ਸੀ ਯਾਰ, ਕਿਹੜੇ ਸਾਹਿਬ ਨੇ ਭੇਜਿਆ ਸੀ, ਐਕਸ਼ਨ ਸਾਹਿਬ, ਐਕਸ਼ਨ ਸਾਹਿਬ ਦਾ ਨਾਮ ਕੀ ਹੈਗਾ, ਹਾਂਜੀ ਸਰਪਾਲ, ਕਿੱਥੋਂ ਦੇ ਨੇ ਐਕਸ਼ਨ, ਉਹ ਫਿਰੋਜ਼ਪੁਰ ਤੋਂ, ਫਿਰੋਜ਼ਪੁਰ ਤੋਂ, ਐਸਪੀ ਸਿੰਘ ਜਿਹੜੇ ਨੇ ਉਹ ਐਕਸ਼ਨ ਫਿਰੋਜ਼ਪੁਰ ਐਨਫੋਰਸਮੈਂਟ 'ਚ ਨੇ ਅੱਜ ਕੱਲ੍ਹ। ਅੱਛਾ ਜੀ, ਤੁਸੀਂ ਕੀ ਕਰਨ ਆਏ ਸੀ ਇਹਨਾਂ ਦੇ ਇੱਥੇ ਜਿਹੜਾ? ਫਿਰ ਅਸੀਂ ਸਟਾਫ ਨਾਲ ਆਏ ਸੀ, ਠੀਕ ਹੈ ਠੀਕ ਹੈ, ਸਾਡੇ ਕੋਈ ਗਲਤੀ ਨਹੀਂ ਹੈਗੀ, ਠੀਕ ਹੈ, ਜਸ਼ਨ ਵੀਡੀਓ ਬਣਾਉਂਦਾ ਪਿਆ, ਅਸੀਂ ਫਿਰ ਆਏ ਸੀ ਸਟਾਫ ਨਾਲ ਆਏ ਸੀ ਤੇ ਸਾਨੂੰ ਸਾਹਿਬ ਦੀ ਬਣਾਉਂਦਿਆ ਸੀ, ਇਹਨਾਂ ਰਿਕੁਐਸਟ ਕੀਤੀ ਗਈ ਸੀ, ਅਸੀਂ ਇਹਨਾਂ ਨਾਲ ਗੱਲਬਾਤ ਹੋਈ, ਹੋਰ ਕੋਈ ਚੱਕਰ ਨਹੀਂ। ਇਹਨਾਂ ਕਿੰਨੇ ਪੈਸੇ ਮੁੱਕੇ ਸੀ ਮੀਟਰ ਦੁਬਾਰਾ ਲਾਉਣ ਦੇ? ਪੈਸੇ ਤਾਂ ਤੁਸੀਂ ਮੁਕਾਏ ਸੀ ਨਾ, ਪੈਸੇ ਕਿੰਨੇ, ਇੱਕ ਮਿੰਟ ਤੁਸੀਂ ਨਾ ਬੋਲੋ ਯਾਰ, ਕਿੰਨੇ ਪੈਸੇ ਮੁਕਾਏ ਸੀ ਤੁਸੀਂ? ਸਰ ਅਗਾ ਮੈਂ ਉਹਨਾਂ ਨਾਲ ਗੱਲ ਕਰਕੇ ਫਿਰ ਹੀ ਪੈਸੇ, ਨਹੀਂ ਕਿੰਨੇ ਪੈਸੇ ਮੁਕਾਏ ਸੀ? 32,000 ਤੇ ਤੁਹਾਨੂੰ ਮਿਲਿਆ ਕਿੰਨਾ ਮੌਕੇ ਤੇ, ਬਾਕੀ 6,000 ਬਕਾਇਆ? ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਔਰ ਮੈਂ ਦਸ਼ਮੇਸ਼ ਨਗਰ ਜਲਾਲਾਬਾਦ 'ਚ ਰਹਿੰਦਾ, ਆਹ ਸਾਹਮਣੇ ਮੇਰਾ ਘਰ ਹੈ, ਮੇਰੇ ਘਰੇ ਇਹਨਾਂ ਨੇ ਸ਼ਾਮ ਨੂੰ ਕਹਿਤਾ ਸੀ ਮੇਰੇ ਮਿਸਿਜ ਨੂੰ। ਨਹੀਂ ਤੁਹਾਡਾ ਕੋਈ ਬਕਾਇਆ ਰਹਿੰਦਾ ਸੀ ਮੀਟਰ ਦਾ? ਮੀਟਰ ਦਾ ਕੋਈ ਬਕਾਇਆ ਨਹੀਂ, ਜੋ ਬਿੱਲ ਹੈਗਾ ਸਾਡਾ ਅਸੀਂ ਦੇਂਦਾ ਨਾ, ਉਹ ਕੋਈ ਰੌਲਾ ਨਹੀਂ। ਨਹੀਂ ਤੇ ਫਿਰ ਮੀਟਰ ਕਿਉਂ ਵੱਟੇ ਉਹਨਾਂ ਨੇ? ਮੀਟਰ ਕਹਿੰਦੇ ਵੀ ਤੁਹਾਡੇ ਮੀਟਰ 'ਚ ਫੜ ਕੇ ਇਹ ਤੁਹਾਡੀ ਮਤਲਬ ਅਸੀਂ ਪੱਟ ਕੇ ਜਾਣਾ ਹੈ, ਠੀਕ ਹੈ, ਇਨਵਾਇਰੀ ਕਰਨੀ ਹੈ। ਮੇਰੇ ਘਰਦਿਆਂ ਨੂੰ ਇਹ ਵੀ ਕਹਿ ਗਏ ਨੇ ਕਿ 30,000 ਰੁਪਇਆ ਲੱਗੇਗਾ, ਤੁਸੀਂ ਆ ਜਾਜੇ, ਤੁਹਾਡਾ ਮਤਲਬ ਅਸੀਂ ਨਿਬੇੜ ਦਿਆਂਗੇ। ਮੀਟਰ ਲਾਉਣ ਦਾ ਜਿਹੜਾ ਦੁਬਾਰਾ ਇਹਨਾਂ ਨੇ 26,000 ਰੁਪਇਆ ਤੁਹਾਡੇ ਕੋਲ ਲਿਆ, 26,000 ਲਿਆ, 32 ਮੁੱਕਿਆ ਜੀ, 32,000 ਮੁੱਕਿਆ, 26,000 ਇਸ ਬੰਦੇ ਨੇ ਐਕਸ਼ਨ ਸਾਹਿਬ ਦੀ ਗੱਡੀ ਦੇ ਵਿੱਚ ਬਹਿ ਕੇ, ਜਿਹੜੀ ਨਾ ਗੱਡੀ ਸਕਾਰਪੀਓ, ਉਹ ਕਿੰਨਾਂ ਦੀ ਗੱਡੀ, ਇਸ ਬੰਦੇ ਨੇ ਮੇਰਾ ਵੀਡੀਓ ਦਫ਼ਤਰ ਦੇ ਸਾਹਮਣੇ ਬਕਾਇਆ, ਬੰਟੀ ਪ੍ਰੈਸ ਵਾਲੇ ਦੇ ਉਹਦੇ ਸਾਹਮਣੇ ਪੈਸੇ ਲਏ, ਉਹ ਕੈਮਰਾ ਵੀ ਲੱਗਿਆ ਜੀ, ਠੀਕ ਹੈ ਜੀ, ਔਰ 32,000 ਰੁਪਇਆ ਮੇਰੇ ਵੀਰ ਦੀ ਜੇਬ ਦੇ ਵਿੱਚ, 26,000 ਹੋਣੇਗਾ, 6 ਬਾਕੀ ਦੇਣਾ ਸੀ ਮੈਂ, 26,000 ਰੁਪਏ ਜੇਬ ਦੇ ਵਿੱਚ, ਹਾਂਜੀ, ਕਢਾ ਕੇ ਵੇਖੋ। ਨਹੀਂ ਆਪਾਂ ਨਹੀਂ ਕਢਾਉਂਦੇ, ਆਪਾਂ ਬੁਲਾਉਂਦੇ ਆ ਪੁਲਿਸ ਨੂੰ, ਬੁਲਾਉਂਦੇ ਆ ਤੇ ਕਢਾਉਂਦੇ ਆ ਆਪਾਂ ਪੈਸੇ। ਜਿਹੜੇ ਪੈਸੇ ਦਿੱਤੇ ਨੇ ਤੁਸੀਂ ਉਹਨਾਂ ਦੀ ਕੋਈ ਨੰਬਰਿੰਗ ਵਗੈਰਾ ਨੋਟ ਕੀਤੀ ਹੈ ਜੀ? ਬਿਲਕੁਲ ਜੀ, ਜਿਹੜੇ ਇਹਨੂੰ ਮੈਂ 26,000 ਰੁਪਇਆ ਦਿੱਤਾ ਹੋਇਆ ਉਹਦੇ ਬਕਾਇਦਾ ਫੋਟੋ ਸਟੇਟ ਕਰਾਇਆ ਨੇ ਨੋਟ ਮੈਂ, ਠੀਕ ਹੈ ਜੀ, ਠੀਕ ਹੈ ਜੀ, ਔਰ ਇਹਦੇ ਨਾਲ ਫੋਨ 'ਤੇ ਵੀ ਕੁਛ ਗੱਲਾਂ ਹੋਈਆਂ, ਕੁਛ ਇਹਦੇ ਨਾਲ ਗੱਡੀ ਦੇ ਵਿੱਚ ਬਹਿ ਕੇ ਨੇ, ਰਿਕਾਰਡਿੰਗ ਆ ਤੁਹਾਡੇ, ਰਿਕਾਰਡਿੰਗ ਵੀ ਹੈਗੀ ਮੇਰੇ ਕੋਲ ਜੀ। ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਤਾਂਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਦਰ ਦਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ, ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ। ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 98144-6674, 98150-6674।